ਪਹਿਲਾਂ ਕੁੱਟਣ ਦੇ ਨਾਲ ਮਨ ਨਹੀਂ ਭਰਿਆ ਤਾਂ ਹਸਪਤਾਲ 'ਚ ਆ ਗਏ ਬਦਮਾਸ਼। ਸ਼ਖਸ ਨੂੰ ਲੱਤਾਂ ਤੋਂ ਫੜ ਕੇ ਘੜੀਜਦੇ ਹੋਏ ਲੈ ਗਏ ਹਸਪਤਾਲ ਤੋਂ ਬਾਹਰ, ਫਿਰ ਉਸਨੂੰ ਬੁਰੀ ਤਰੀਕੇ ਦੇ ਨਾਲ ਕੀਤਾ ਜ਼ਖਮੀ। ਤਾਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਦੇਖ ਸਕਦੇ ਹੋ ਕਿ ਕਿਵੇਂ ਇੱਕ ਸ਼ਖਸ ਨੂੰ ਲੱਤਾਂ ਤੋਂ ਫੜ ਕੇ ਕੁਝ ਬਦਮਾਸ਼ ਘੜੀਜਦੇ ਹੋਏ ਬਾਹਰ ਲੈ ਕੇ ਜਾ ਰਹੇ ਨੇ। ਦਰਅਸਲ ਇਹ ਸੀਸੀਟੀਵੀ ਤਸਵੀਰਾਂ ਇੱਕ ਹਸਪਤਾਲ ਦੀਆਂ ਨੇ ਜਿੱਥੇ ਕੁੱਟਮਾਰ ਤੋਂ ਬਾਅਦ ਇਹ ਸ਼ਖਸ ਇਲਾਜ ਕਰਵਾਉਣ ਆਇਆ ਸੀ, ਭਰਤੀ ਸੀ ਹਸਪਤਾਲ ਦੇ ਵਿੱਚ। ਤਾਂ ਬਦਮਾਸ਼ਾਂ ਨੂੰ ਇਹ ਗੱਲ ਪਤਾ ਚੱਲ ਗਈ ਕਿ ਸ਼ਖਸ ਹਸਪਤਾਲ ਦੇ ਵਿੱਚ ਇਲਾਜ ਕਰਾ ਰਿਹਾ ਹੈ। ਤਾਂ ਬਦਮਾਸ਼ ਹਸਪਤਾਲ ਵੀ ਪਹੁੰਚ ਗਏ, ਹਸਪਤਾਲ ਦੇ ਬੈੱਡ ਤੋਂ ਖਿੱਚਦੇ ਹੋਏ ਸ਼ਖਸ ਨੂੰ ਲੱਤਾਂ ਦੇ ਨਾਲ ਫੜ ਕੇ ਘੜੀਜਦੇ ਹੋਏ ਬਾਹਰ ਲੈ ਗਏ ਅਤੇ ਫਿਰ ਇਸ ਦੀ ਕੁੱਟਮਾਰ ਕੀਤੀ ਹੈ। ਤਾਂ ਦਿਨ ਦਿਹਾੜੇ ਸ਼ਖਸ ਦਾ ਕਿਡਨੈਪ ਕਰਕੇ ਕੁੱਟਮਾਰ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਤਸਵੀਰਾਂ ਦੇਖ ਰਹੇ ਹੋ, ਦਿਨ ਦਿਹਾੜੇ ਜਿਹੜੀ ਗੁੰਡਾਗਰਦੀ ਹੈ ਉਹ ਵੱਧਦੀ ਜਾ ਰਹੀ ਹੈ। ਬਦਮਾਸ਼ਾਂ ਦੇ ਵੱਲੋਂ ਲੋਕਾਂ ਦੀ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਹੈ। ਕਦੇ ਕਿਸੇ ਵਪਾਰੀ 'ਤੇ ਹਮਲਾ ਕਰ ਦਿੰਦੇ ਨੇ, ਕਦੇ ਰਾਹ ਜਾਂਦੀਆਂ ਔਰਤਾਂ 'ਤੇ ਹਮਲਾ ਕਰ ਦਿੰਦੇ ਨੇ, ਸਨੈਚਿੰਗ ਕਰ ਲੈਂਦੇ ਨੇ। ਤਾਂ ਦੇਖ ਸਕਦੇ ਹੋ ਤਸਵੀਰਾਂ, ਕਹਿ ਸਕਦੇ ਹੋ ਕਿ ਇਹਨਾਂ ਬਦਮਾਸ਼ਾਂ ਦੇ ਬਦਮਾਸ਼ੀ ਕਰਨ ਦੇ ਪਿੱਛੇ ਦਾ ਕਾਰਨ ਹੈ ਨਸ਼ਾ, ਇਹ ਕਹਿ ਸਕਦੇ ਹੋ, ਜਾਂ ਫਿਰ ਪ੍ਰਸ਼ਾਸਨ 'ਤੇ ਲੋਕ ਜਿਵੇਂ ਇਲਜ਼ਾਮ ਲਗਾਉਂਦੇ ਨੇ ਉਂਝ ਇਲਜ਼ਾਮ ਲਗਾ ਸਕਦੇ ਹੋ। ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਇੱਕ ਵਾਰ ਕੁੱਟਮਾਰ ਕਰਨ ਤੋਂ ਬਾਅਦ ਮਨ ਨਹੀਂ ਭਰਿਆ ਤਾਂ ਬਦਮਾਸ਼ ਹਸਪਤਾਲ ਦੇ ਵਿੱਚ ਆ ਗਏ, ਜ਼ਖਮੀ ਸ਼ਖਸ ਨੂੰ ਘੜੀਜਦੇ ਹੋਏ ਬਾਹਰ ਲੈ ਗਏ, ਫਿਰ ਕੁੱਟਮਾਰ ਕੀਤੀ ਉਸ ਦੀ, ਤਾਂ ਹੋਰ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਉਹ ਸ਼ਖਸ। ਤੁਸੀਂ ਇਹ ਹਿਸਾਬ ਲਗਾ ਸਕਦੇ ਹੋ ਕਿ ਕਿਵੇਂ ਉਸ ਸ਼ਖਸ ਦੇ ਉੱਤੇ ਬੀਤੀ ਹੋਣੀ, ਕਿ ਪਹਿਲ ਦੀਆਂ ਸੱਟਾਂ ਹਲੇ ਭਰੀਆਂ ਨਹੀਂ ਸੀ ਕਿ ਦੁਬਾਰਾ ਬਦਮਾਸ਼ ਕੁੱਟਣ ਆ ਗਏ। ਦੇਖੋ ਕਿੰਨੀ ਬੁਰੀ ਤਰੀਕੇ ਦੇ ਨਾਲ, ਜ਼ਾਲਮ ਤਰੀਕੇ ਦੇ ਨਾਲ ਉਸਨੂੰ ਘੜੀਜਦੇ ਹੋਏ ਬਾਹਰ ਲੈ ਗਏ ਅਤੇ ਉਸਦੀ ਕੁੱਟਮਾਰ ਕੀਤੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਰੂਗ੍ਰਾਮ ਦੀਆਂ, ਜਿੱਥੇ ਇੱਕ ਸ਼ਖਸ ਨੂੰ ਕਿਡਨੈਪ ਕਰਕੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਸਪਤਾਲ ਦੇ ਅੰਦਰ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ, ਸੀਸੀਟੀਵੀ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਦੇ ਵਿੱਚ ਕੁਝ ਬਦਮਾਸ਼ ਸ਼ਖਸ ਨੂੰ ਜੋ ਕਿ ਪਹਿਲਾਂ ਤੋਂ ਹੀ ਜ਼ਖਮੀ ਸੀ ਉਸਨੂੰ ਘੜੀਜਦੇ ਹੋਏ ਲੈ ਕੇ ਜਾ ਰਹੇ ਨੇ। ਹਸਪਤਾਲ ਦੇ ਵਿੱਚ ਭਰਤੀ ਜਿਹੜਾ ਸ਼ਖਸ ਸੀ ਉਹ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪਰ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਸੀਸੀਟੀਵੀ ਤਸਵੀਰਾਂ ਆਉਣ ਦੇ ਬਾਵਜੂਦ ਪੁਲਿਸ ਨੇ ਕੋਈ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ। ਪੁਲਿਸ ਦਾ ਬਿਆਨ ਵੀ ਹੁਣ ਤੱਕ ਇਸ ਮਾਮਲੇ ਦੇ ਉੱਤੇ ਕੋਈ ਨਹੀਂ ਆਇਆ ਹੈ। ਪਰ ਵੇਖਣਾ ਹੋਵੇਗਾ ਕਿ ਪੁਲਿਸ ਕਿੰਨੇ ਚਿਰ ਤੱਕ ਇਸ ਮਾਮਲੇ ਨੂੰ ਦੱਬ ਕੇ ਰੱਖਦੀ ਹੈ, ਕਿਉਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਹਸਪਤਾਲ ਦੇ ਅੰਦਰ, ਇੱਕ ਪ੍ਰਾਈਵੇਟ ਹਸਪਤਾਲ ਦੇ ਅੰਦਰ ਵੜ ਕੇ ਬਦਮਾਸ਼ਾਂ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਹੈ ਅਤੇ ਇੱਕ ਸ਼ਖਸ ਨੂੰ ਲੱਤਾਂ ਤੋਂ ਘੜੀਜਦੇ ਹੋਏ ਬਾਹਰ ਲੈ ਗਏ ਨੇ ਅਤੇ ਉਸਦੀ ਕੁੱਟਮਾਰ ਕੀਤੀ ਹੈ। ਯਾਨੀ ਕਿ ਉਸ ਸ਼ਖਸ ਦੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੋ ਵਾਰ ਕੁੱਟਮਾਰ ਕੀਤੀ ਹੈ। ਅਤੇ ਦੇਖੋ ਇਹ ਤਸਵੀਰਾਂ ਜੋ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀਆਂ ਨੇ।